ਸਤਿ ਸ਼੍ਰੀ ਅਕਾਲ, ਅਜੀਤ ਵੈੱਬ ਟੀ ਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਇੰਦਰਪ੍ਰੀਤ ਕੌਰ ਪੰਨੂ, ਇੱਕ ਵਾਰ ਫਿਰ ਤੋਂ ਹਾਜ਼ਰ ਹਾਂ ਪ੍ਰੋਗਰਾਮ ਪੰਜਾਬ ਇਸ ਹਫ਼ਤੇ ਦੇ ਨਾਲ। ਆਓ ਸੁਣਾਉਂਦੇ ਹਾਂ ਪੰਜਾਬ ਦਾ ਹਾਲ। ਮੋਦੀ ਸਰਕਾਰ ਨੇ ਪੇਸ਼ ਕੀਤਾ ਅੰਤਰਿਮ ਬਜਟ, ਹਰ ਵਰਗ ਲਈ ਵੱਡੇ ਐਲਾਨ। ਬੀਤੇ ਦਿਨ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਆਪਣੇ ਕਾਰਜਕਾਲ ਦਾ ਅੰਤਰਿਮ ਬਜਟ ਪੇਸ਼ ਕੀਤਾ ਗਿਆ। ਮੋਦੀ ਸਰਕਾਰ ਵੱਲੋਂ ਇਸ ਬਜਟ ਜ਼ਰੀਏ ਹਰ ਵਰਗ ਦੇ ਲੋਕਾਂ ਨੂੰ ਲੁਭਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਆਖਰੀ ਅਤੇ ਅੰਤਰਿਮ ਬਜਟ 'ਚ ਕਿਸਾਨਾਂ, ਦਿਹਾੜੀਦਾਰਾਂ, ਮੱਧ ਵਰਗ, ਸਰਕਾਰੀ ਮੁਲਾਜ਼ਮਾਂ ਲਈ ਸੌਗਾਤਾਂ ਦਾ ਐਲਾਨ ਕਰਦਿਆਂ ਕਾਰਜਕਾਰੀ ਖਜ਼ਾਨਾ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਇਹ ਸਿਰਫ਼ ਅੰਤਰਿਮ ਬਜਟ ਨਹੀਂ ਸਗੋਂ ਦੇਸ਼ ਦੀ ਵਿਕਾਸ ਯਾਤਰਾ ਦਾ ਸੂਚਕ ਹੈ। ਛੋਟੇ ਕਿਸਾਨਾਂ ਨੂੰ 6,000 ਰੁਪਏ ਸਾਲਾਨਾ ਆਮਦਨ, ਅਸੰਗਠਿਤ ਖੇਤਰ ਵਿੱਚ 15,000 ਰੁਪਏ ਮਹੀਨੇ ਤੋਂ ਘੱਟ ਕਮਾਉਣ ਵਾਲੇ ਮਜ਼ਦੂਰਾਂ ਨੂੰ 3,000 ਰੁਪਏ ਪੈਨਸ਼ਨ, ਟੈਕਸ ਮੁਕਤ ਕੈਚੂਰੀ ਦੀ ਹੱਦ 20 ਲੱਖ ਤੋਂ ਵਧਾ ਕੇ 30 ਲੱਖ ਕਰਨ ਜੇ ਅਜਿਹੇ ਲੋਕ ਲਵਾਉਣੇ ਐਲਾਨਾਂ ਤੋਂ ਇਲਾਵਾ ਗੋਇਲ ਨੇ ਮੋਦੀ ਸਰਕਾਰ ਦੀ ਪਿਛਲੀ ਸਾਲ ਦੀ ਰਵਾਇਤ ਤੋੜਦਿਆਂ ਮੱਧ ਵਰਗ ਨੂੰ ਵੱਡੀ ਰਾਹਤ ਦਿੰਦਿਆਂ 5 ਲੱਖ ਤੱਕ ਦੀ ਸਾਲਾਨਾ ਆਮਦਨ ਨੂੰ ਟੈਕਸ ਮੁਕਤ ਕਰਨ ਦਾ ਐਲਾਨ ਕੀਤਾ ਹੈ। ਉਧਰ ਮੋਦੀ ਸਰਕਾਰ ਦੇ ਇਸ ਬਜਟ ਤੋਂ ਵਿਰੋਧੀ ਧਿਰ ਦੇ ਕਿਸਾਨ ਖੁਸ਼ ਦਿਖਾਈ ਨਹੀਂ ਦਿੱਤੇ। ਹਾਲਾਂਕਿ ਕੇਂਦਰ ਦੀ ਭਾਜਪਾ ਸਰਕਾਰ ਬਜਟ ਦੌਰਾਨ ਛੋਟੇ ਕਿਸਾਨਾਂ ਲਈ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਤਹਿਤ ਐਲਾਨੀ 6,000 ਦੀ ਸਹਾਇਤਾ ਰਾਸ਼ੀ ਨੂੰ ਵੱਡਾ ਫੈਸਲਾ ਦੱਸ ਰਹੀ ਹੈ, ਪਰ ਕਿਸਾਨ ਇਸ ਫੈਸਲੇ ਤੋਂ ਨਾਖੁਸ਼ ਹਨ। ਉਹਨਾਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਕਿਸਾਨਾਂ ਲਈ ਕੁਝ ਕਰਨਾ ਚਾਹੁੰਦੀ ਹੈ ਤਾਂ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਨੂੰ ਲਾਗੂ ਕਰੇ। ਤੇਂਦੂਏ ਨੇ ਪਾਇਆ ਜਲੰਧਰੀਆਂ ਨੂੰ ਵਕਤ, 6 ਜਾਣਿਆਂ ਨੂੰ ਕੀਤਾ ਜ਼ਖਮੀ, ਭਾਰੀ ਮੁਸ਼ਕਤ ਬਾਅਦ ਕੀਤਾ ਗਿਆ ਕਾਬੂ। ਬੀਤੇ ਦਿਨੀ ਜਲੰਧਰ ਦੇ ਸੰਘਣੀ ਆਬਾਦੀ ਵਿੱਚ ਇਲਾਕਾ ਲੰਮਾ ਪਿੰਡ ਵਿੱਚ ਆਏ ਤੇਂਦੂਏ ਨੇ ਲੋਕਾਂ ਦੇ ਪ੍ਰਸ਼ਾਸਨ ਨੂੰ ਵਕਤ ਪਾਈ ਰੱਖਿਆ। ਇਸ ਤੇਂਦੂਏ ਨੂੰ ਤਕਰੀਬਨ 10 ਘੰਟਿਆਂ ਦੀ ਮੁਸ਼ਕਤ ਤੋਂ ਬਾਅਦ ਕਾਬੂ ਕੀਤਾ ਗਿਆ। ਇਸ ਦੌਰਾਨ ਤੇਂਦੂਏ ਦੇ ਹਮਲੇ ਵਿੱਚ ਜੰਗਲਾਤ ਅਧਿਕਾਰੀਆਂ ਸਮੇਤ ਅੱਧੀ ਦਰਜਨ ਦੇ ਕਰੀਬ ਲੋਕ ਜ਼ਖਮੀ ਹੋ ਗਏ। ਲੰਮੇ ਪਿੰਡ ਦੀਆਂ ਗਲੀਆਂ ਦੇ ਖੇਤਾਂ ਵਿੱਚ ਦਹਾੜਦੇ ਤੇਂਦੂਏ ਨੇ ਜੰਗਲਾਤ ਵਿਭਾਗ ਦੇ ਕਰਮਚਾਰੀਆਂ ਅਤੇ ਪੁਲਿਸ ਮੁਲਾਜ਼ਮਾਂ ਦੀਆਂ ਅਜਿਹੀਆਂ ਦੌੜਾਂ ਲਗਵਾਈਆਂ ਕਿ ਉਹਨਾਂ ਨੂੰ ਲੁਕਣ ਲਈ ਕੋਈ ਥਾਂ ਨਹੀਂ ਲੱਭ ਰਹੀ ਸੀ। ਤੇਂਦੂਏ ਨੂੰ ਕਈ ਵਾਰ ਟੀਕੇ ਲਗਾਉਣ ਦੇ ਬਾਵਜੂਦ ਉਹ ਬੇਹੋਸ਼ ਨਹੀਂ ਹੋ ਰਿਹਾ। ਜੰਗਲਾਤ ਵਿਭਾਗ ਦੇ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਲੋਕਾਂ ਨੇ ਰੌਲਾ ਪਾ ਕੇ ਤੇਂਦੂਏ ਦਾ ਪਿੱਛਾ ਕਰਕੇ ਰੋੜੇ ਮਾਰ ਕੇ ਤੇਂਦੂਏ ਨੂੰ ਬੇਹੋਸ਼ੀ ਦੀ ਦਵਾਈ ਦਾ ਅਸਰ ਨਹੀਂ ਕਰਨ ਦਿੱਤਾ। ਤੇਂਦੂਏ ਨੂੰ ਫੜਨ ਲਈ ਮਹਿਕਮੇ ਕੋਲ ਜਿੱਥੇ ਸਾਜੋ ਸਮਾਨ ਦੀ ਘਾਟ ਦਿਖਾਈ ਦਿੱਤੀ ਉੱਥੇ ਅਧਿਕਾਰੀਆਂ ਦੀ ਗਿਣਤੀ ਵਿੱਚ ਘੱਟ ਹੋਣ ਕਾਰਨ ਨੌਜਵਾਨਾਂ ਵੱਲੋਂ ਉਹਨਾਂ ਦੀ ਮਦਦ ਕੀਤੀ ਗਈ, ਪਰ ਇਸ ਸਮੁੱਚੇ ਘਟਨਾ ਚੱਕਰ ਦੌਰਾਨ ਜੰਗਲਾਤ ਮਹਿਕਮੇ ਨੇ ਕਰਮਚਾਰੀਆਂ ਵੱਲੋਂ ਜਿਸ ਤਰ੍ਹਾਂ ਸੁਰੱਖਿਆ ਦੇ ਪੱਖ ਤੋਂ ਲਾਪਰਵਾਹੀ ਵਰਤੀ, ਉਹਨਾਂ ਨੇ ਮਹਿਕਮੇ ਦੇ ਕਾਰਜਕਾਰੀ ਉੱਪਰ ਸਵਾਲੀਆ ਚਿੰਨ੍ਹ ਖੜ੍ਹੇ ਕਰ ਦਿੱਤੇ। ਜਲੰਧਰ ਦੇ ਰੈਸਤਰਾ ਵਿੱਚ ਬਦਮਾਸ਼ਾਂ ਨੇ ਕੁੱਟ ਕੁੱਟ ਕੇ ਸਿਕਿਉਰਿਟੀ ਗਾਰਡ ਦੀ ਕੀਤੀ ਹੱਤਿਆ। ਜਲੰਧਰ ਫਗਵਾੜਾ ਮਾਰਗ 'ਤੇ ਸਥਿਤ ਇੱਕ ਰੈਸਤਰਾ ਵਿੱਚ ਗੁੰਡਾਗਰਦੀ ਦੀ ਵੱਡੀ ਵਾਰਦਾਤ ਸਾਹਮਣੇ ਆਈ ਹੈ। ਇੱਥੇ ਕੁਝ ਅਣਪਛਾਤੇ ਹਮਲਾਵਾਰਾਂ ਨੇ ਸਿਕਿਉਰਿਟੀ ਗਾਰਡ ਨੂੰ ਕੁੱਟ ਕੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ। ਵਾਰਦਾਤ ਦੀ ਸੂਚਨਾ ਮਿਲਣ 'ਤੇ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ। ਸਿਕਿਉਰਿਟੀ ਗਾਰਡ ਦੀ ਉਮਰ ਕਰੀਬ 40 ਸਾਲ ਦੱਸੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਬਦਮਾਸ਼ ਨੌਜਵਾਨ ਜਾਂਦੇ ਜਾਂਦੇ ਰੈਸਟੋਰੈਂਟ ਅੰਦਰੋਂ ਮੌਜੂਦ ਨਕਦੀ ਵੀ ਚੋਰੀ ਕਰਕੇ ਲੈ ਗਏ। ਸੂਬੇ ਵਿੱਚ ਅਜਿਹੀਆਂ ਅਣਸੁਖਾਵੀਂ ਵਾਰਦਾਤਾਂ ਆਏ ਦਿਨ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ, ਜਿਨ੍ਹਾਂ ਨੂੰ ਰੋਕਣ ਲਈ ਪੁਲਿਸ ਪ੍ਰਸ਼ਾਸਨ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਜਾਣੇ ਚਾਹੀਦੇ ਹਨ। ਇੱਕ ਦੇਖਦੇ ਕਰੀਬ 4-5 ਨੌਜਵਾਨ ਬੰਦੇ ਜਿਹੜੇ ਆ ਰੈਸਟੋਰੈਂਟ ਦੇ ਅੰਦਰ ਆਏ ਸੀਗੇ। ਉੱਥੇ ਜਿਹੜਾ ਇਹਨਾਂ ਦਾ ਸਕਿਉਰਟੀ ਗਾਰਡ ਸੀਗਾ ਅਵਤਾਰ ਸਿੰਘ ਸਾਨੂੰ ਕੇਵਲ ਸਿੰਘ, ਉਹਨੂੰ ਬੰਨ ਕੇ ਤੋਂ ਉਹਦਾ ਮਰਡਰ ਹੋਇਆ ਵਾ, ਅਤੇ ਰਿਗਾਰਡਿੰਗ ਉਸ ਸੰਬੰਧ ਵਿੱਚ ਅਸੀਂ ਐਫ ਆਈ ਲੌਜ ਕਰਤੀ ਹੈ ਅਤੇ ਤਫਤੀਸ਼ ਜਾਰੀ। ਸਰ ਕਿੰਨਾ ਕੁ ਨੁਕਸਾਨ ਹੋਇਆ ਇੱਥੇ ਦਾ? ਇਹਨਾਂ ਕਹਿਣ ਦਾ ਵਾ ਕਰੀਬ ਕੋਈ 10-12 ਹਜ਼ਾਰ ਰੁਪਇਆ ਸੀ ਇਹਨਾਂ ਦਾ ਕੈਸ਼ ਸੀਗਾ ਹੋ ਗਿਆ ਹੋਇਆ ਵਾ, ਬਾਕੀ ਜਿਹੜਾ ਹੈਗਾ ਉਹ ਅਸੀਂ ਦੇਖ ਲਈਏ। ਅਤੇ ਮੌਕੇ 'ਤੇ ਕੀ ਲੱਗਾ? ਹਾਂਜੀ, ਮੌਕੇ 'ਤੇ ਕੀ ਲੱਗਾ ਕਿ ਲੁੱਟ ਦੀ ਨੀਅਤ ਹੋਇਆ ਜਾਂ ਵੈਸੇ ਮਰਡਰ? ਫਿਲਹਾਲ ਤਾਂ ਉਹ ਫਿਲਹਾਲ ਤਾਂ ਸਟਾਰਟਿੰਗ ਆ ਉੱਥੇ ਹੀ ਲੱਗ ਰਿਹਾ ਵਾ, ਬਾਕੀ ਬਾਅਦ ਨਸ਼ੀ ਜੋ ਵੀ ਹੋਏਗਾ ਦੇਖਿਆ।
ਬਹਿਬਲ ਕਲਾਂ ਗੋਲੀਕਾਂਡ ਮਾਮਲੇ ਵਿੱਚ ਤਿੰਨ ਪੁਲਿਸ ਅਧਿਕਾਰੀਆਂ ਦੀ ਅਗਾਊਂ ਜ਼ਮਾਨਤ ਅਰਜ਼ੀ ਕੀਤੀ ਗਈ ਖਾਰਜ। ਜੀ ਹਾਂ, ਬਹਿਬਲ ਕਲਾਂ ਗੋਲੀਕਾਂਡ ਮਾਮਲੇ ਵਿੱਚ ਮੁਲਜ਼ਮ ਤਿੰਨ ਪੁਲਿਸ ਮੁਲਾਜ਼ਮਾਂ ਦੀ ਅਗਾਊਂ ਜ਼ਮਾਨਤ ਲਈ ਲਗਾਈ ਅਰਜ਼ੀ ਫਰੀਦਕੋਟ ਸੈਸ਼ਨ ਕੋਰਟ ਨੇ ਖਾਰਜ ਕਰ ਦਿੱਤੀ ਹੈ। ਬੀਤੇ ਦਿਨ ਅਦਾਲਤ ਵਿੱਚ ਇਸ ਮਾਮਲੇ ਤੇ ਕਰੀਬ ਡੇਢ ਘੰਟਾ ਹੋਈ ਬਹਿਸ ਤੋਂ ਬਾਅਦ ਫੈਸਲਾ ਸੁਰੱਖਿਅਤ ਰੱਖ ਲਿਆ ਗਿਆ ਸੀ। ਅੱਜ ਤਿੰਨਾਂ ਪੁਲਿਸ ਅਧਿਕਾਰੀਆਂ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ਨੂੰ ਕੋਰਟ ਵੱਲੋਂ ਖਾਰਜ ਕਰ ਦਿੱਤਾ ਗਿਆ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਬੇਅਦਬੀ ਅਤੇ ਗੋਲੀਕਾਂਡ ਮਾਮਲੇ ਦੀ ਜਾਂਚ ਕਰ ਰਹੀ ਸਿੱਟ ਵੱਲੋਂ ਗੋਲੀਕਾਂਡ ਦੇ ਦੋਸ਼ੀ SSP ਚਰਨਜੀਤ ਸ਼ਰਮਾ ਦੀ ਗ੍ਰਿਫਤਾਰੀ ਕੀਤੀ ਗਈ ਹੈ। ਤਿੰਨਾਂ ਪੁਲਿਸ ਮੁਲਾਜ਼ਮਾਂ ਨੇ ਗੋਲੀਕਾਂਡ ਮਾਮਲੇ ਵਿੱਚ ਗ੍ਰਿਫਤਾਰੀ ਦੇ ਖਦਸ਼ੇ ਕਾਰਨ ਅਗਾਊਂ ਜ਼ਮਾਨਤ ਲਈ ਅਪੀਲ ਕੀਤੀ ਸੀ। ਜ਼ਿਕਰਯੋਗ ਹੈ ਕਿ ਅਕਤੂਬਰ 2015 ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਖਿਲਾਫ਼ ਰੋਸ ਪ੍ਰਗਟ ਕਰ ਰਹੇ ਸਿੱਖਾਂ 'ਤੇ ਪੁਲਿਸ ਕਾਰਵਾਈ ਕਰਦੇ ਹੋਇਆਂ ਜਿਸ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਸੀ ਅਤੇ ਕਈ ਜ਼ਖਮੀ ਹੋਏ ਸਨ। ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਮਗਰੋਂ ਅਗਸਤ 2018 ਵਿੱਚ ਥਾਣਾ ਬਾਜਾਖਾਨਾ ਵਿੱਚ ਤਾਇਨਾਤ ਤਤਕਾਲੀ SSP ਮੋਗਾ ਚਰਨਜੀਤ ਸ਼ਰਮਾ, SP ਵਿਕਰਮਜੀਤ ਸਿੰਘ, ਇੰਸਪੈਕਟਰ ਪ੍ਰਦੀਪ ਸਿੰਘ, ਸਬ ਇੰਸਪੈਕਟਰ ਅਮਰਜੀਤ ਸਿੰਘ ਕੁਲਰ ਸਮੇਤ ਹੋਰ ਪੁਲਿਸ ਮੁਲਾਜ਼ਮਾਂ 'ਤੇ ਇਰਾਦਾ ਕਤਲ ਦੇ ਕੇਸ ਦਰਜ ਕੀਤੇ ਗਿਆ ਸੀ। ਚੰਦੂ ਮਾਜਰਾ ਨੂੰ ਦੇਸ਼ ਦੇ ਸਰਵੋਤਮ ਸੰਸਦ ਮੈਂਬਰ ਵਜੋਂ ਕੀਤਾ ਸਨਮਾਨਿਤ। ਹਲਕਾ ਸ੍ਰੀ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਪ੍ਰੇਮ ਸਿੰਘ ਚੰਦੂ ਮਾਜਰਾ ਨੂੰ ਦੇਸ਼ ਦੇ ਸਰਵੋਤਮ ਸੰਸਦ ਮੈਂਬਰ ਵਜੋਂ ਸਨਮਾਨਿਤ ਕੀਤਾ ਗਿਆ ਹੈ। ਪ੍ਰਸਿੱਧ ਮੈਗਜ਼ੀਨ ਫੇਮ ਇੰਡੀਆ ਵੱਲੋਂ ਕਰਵਾਏ ਸਰਵੇਖਣ ਅਨੁਸਾਰ ਸਰਦਾਰ ਚੰਦੂ ਮਾਜਰਾ ਦਾ ਨਾਂ ਦੇਸ਼ ਦੇ ਸਰਵੋਤਮ 25 ਮੈਂਬਰਾਂ ਦੀ ਕਤਾਰ ਵਿੱਚ ਦਰਜ ਕੀਤਾ ਗਿਆ। ਫੇਮ ਇੰਡੀਆ ਵੱਲੋਂ ਕਰਵਾਏ ਸਰਵੇਖਣ ਅਨੁਸਾਰ ਸਰਦਾਰ ਚੰਦੂ ਮਾਜਰਾ ਵੱਲੋਂ ਲੋਕ ਸਭਾ ਵਿੱਚ ਸਭ ਤੋਂ ਵੱਧ ਸਵਾਲ ਕਰਨ, ਬਹਿਸ ਵਿੱਚ ਹਿੱਸਾ ਲੈਣ, ਦੇਸ਼ ਦੇ ਵਿਦੇਸ਼ ਦੇ ਮਾਮਲਿਆਂ ਵਿੱਚ ਗੱਲ ਕਰਨ ਤੋਂ ਇਲਾਵਾ ਪੰਜਾਬ ਆਪਣੇ ਹਲਕੇ ਨਾਲ ਸੰਬੰਧਿਤ ਮੁੱਦੇ ਉਠਾਉਣ, SP ਫੰਡਾਂ ਦੀ ਠੀਕ ਵਰਤੋਂ ਕਰਨ, ਦੇਸ਼ ਦੇ ਪਹਿਲੇ ਉੱਚ ਕੋਟੀ ਦੇ ਸੰਸਦ ਮੈਂਬਰਾਂ ਦੀ ਸੂਚੀ ਵਿੱਚ ਨਾਮ ਦਰਜ ਕਰਵਾਇਆ ਹੈ। ਮੰਤਰੀ ਨਰਿੰਦਰ ਤੋਮਰ ਵੱਲੋਂ ਸਰਵੋਤਮ ਸੰਸਦ ਮੈਂਬਰ ਦੇ ਪੁਰਸਕਾਰ ਨਾਲ ਵਿਗਿਆਨ ਭਵਨ ਵਿਖੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ। ਗਣਤੰਤਰ ਦਿਵਸ ਮੌਕੇ 9 ਪੁਲਿਸ ਅਧਿਕਾਰੀਆਂ ਦਾ ਮੁੱਖ ਮੰਤਰੀ ਵੱਲੋਂ ਪੁਲਿਸ ਮੈਡਲ ਨਾਲ ਕੀਤਾ ਗਿਆ ਸਨਮਾਨ। ਦੇਸ਼ ਭਰ ਦੀ ਤਰ੍ਹਾਂ ਪੰਜਾਬ ਸਰਕਾਰ ਨੇ ਪਟਿਆਲਾ ਵਿਖੇ ਸੂਬਾ ਪੱਧਰੀ ਸਮਾਗਮ ਕਰਕੇ ਗਣਤੰਤਰ ਦਿਵਸ ਮਨਾਇਆ। ਪਟਿਆਲਾ ਵਿਖੇ 70ਵੇਂ ਗਣਤੰਤਰ ਦਿਵਸ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੇਸ਼ ਦਾ ਕੌਮੀ ਝੰਡਾ ਲਹਿਰਾਇਆ ਅਤੇ ਸ਼ਾਨਦਾਰ ਪਰੇਡ ਦਾ ਨਿਰੀਖਣ ਕਰਨ ਮਗਰੋਂ ਮਾਰਚ ਪਾਸਟ ਤੋਂ ਸਲਾਮੀ ਲਈ। ਗਣਤੰਤਰ ਦਿਵਸ ਸਮਾਰੋਹ ਦੌਰਾਨ ਵੱਖ ਵੱਖ ਵਿਭਾਗਾਂ ਵੱਲੋਂ ਵਿਕਾਸ ਕਾਰਜਾਂ ਨੂੰ ਦਰਸਾਉਂਦੀਆਂ ਝਾਕੀਆਂ ਕੱਢੀਆਂ ਗਈਆਂ। ਇਸ ਦੌਰਾਨ ਮਹਾਰਾਜਾ ਰਣਜੀਤ ਸਿੰਘ ਪੁਲਿਸ ਅਕੈਡਮੀ ਫਲੌਰ ਅਤੇ ਪੰਜਾਬ ਪਬਲਿਕ ਸਕੂਲ ਨਾਭਾ ਦੇ ਘੋੜ ਸਵਾਰਾਂ ਨੇ ਘੋੜ ਸਵਾਰੀ ਦੇ ਕਰਤੱਵ ਦਿਖਾਏ, ਜਦਕਿ ਸਕੂਲੀ ਵਿਦਿਆਰਥੀਆਂ ਨੇ PT ਸ਼ੋਅ, ਰਿਦਮਿਕ ਡਾਂਸ ਅਤੇ ਰੰਗਾਰੰਗ ਪ੍ਰੋਗਰਾਮ ਸਮੇਤ ਸਕੂਲਾਂ ਕਾਲਜਾਂ ਦੇ ਵਿਦਿਆਰਥੀਆਂ ਅਤੇ ਵਿਦਿਆਰਥਣਾਂ ਨੇ ਭੰਗੜੇ ਅਤੇ ਗਿੱਧੇ ਦੀ ਸ਼ਾਨਦਾਰ ਪੇਸ਼ਕਾਰੀ ਕੀਤੀ ਅਤੇ ਵਿਦਿਆਰਥਣਾਂ ਨੇ ਕੌਮੀ ਗੀਤ ਗਾਇਆ। ਇਸ ਸਮੇਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਾਨਦਾਰ ਸੇਵਾਵਾਂ ਨਿਭਾਉਣ ਬਦਲੇ ਪੰਜਾਬ ਪੁਲਿਸ ਦੇ 9 ਅਧਿਕਾਰੀਆਂ ਦਾ ਮੁੱਖ ਮੰਤਰੀ ਪੁਲਿਸ ਮੈਡਲ ਨਾਲ ਸਨਮਾਨ ਕੀਤਾ। ਇਸ ਦੌਰਾਨ ਮੁੱਖ ਮੰਤਰੀ ਨੇ ਦੇਸ਼ ਦੇ ਆਜ਼ਾਦੀ ਸਮਾਗਮ ਵਿੱਚ ਹਿੱਸਾ ਪਾਉਣ ਵਾਲੇ ਪਟਿਆਲਾ ਜ਼ਿਲ੍ਹੇ ਦੇ 21 ਆਜ਼ਾਦੀ ਘੁਲਾਟੀਆਂ ਅਤੇ 7 ਆਜ਼ਾਦੀ ਘੁਲਾਟੀਆਂ ਦੇ ਪਰਿਵਾਰਕ ਮੈਂਬਰਾਂ ਨੂੰ ਸਨਮਾਨਿਤ ਵੀ ਕੀਤਾ। ਕੈਪਟਨ ਅਮਰਿੰਦਰ ਸਿੰਘ ਨੇ ਦਰਿਆਈ ਡੋਲਫਿਨ ਮੱਛੀ ਨੂੰ ਐਲਾਨਿਆ ਪੰਜਾਬ ਦਾ ਸੂਬਾਈ ਜਲ ਜੀਵ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੁਪਤ ਹੋਣ ਦੇ ਕੰਢੇ ਤੇ ਪਹੁੰਚੀ ਬਿਆਸ ਦਰਿਆ ਵਿੱਚ ਮਿਲਣ ਵਾਲੀ ਇੰਡਸ ਰਿਵਰ ਡੋਲਫਿਨ ਨੂੰ ਪੰਜਾਬ ਰਾਜ ਜਲ ਜੀਵ ਐਲਾਨ ਦਿੱਤਾ ਹੈ। ਜੰਗਲੀ ਜੀਵ ਬਾਰੇ ਸੂਬਾਈ ਬੋਰਡ ਦੀ ਦੂਜੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇੰਡਸ ਡੋਲਫਿਨ ਇੱਕ ਪਾਣੀ ਦਾ ਦੁਰਲਭ ਜੀਵ ਹੈ ਜੋ ਬਿਆਸ ਦਰਿਆ ਵਿੱਚ ਵਾਤਾਵਰਣ ਪ੍ਰਣਾਲੀ ਦੀ ਸੰਭਾਲ ਲਈ ਇੱਕ ਉਪਜਾਤੀ ਹੋਵੇਗੀ। ਮੁੱਖ ਮੰਤਰੀ ਨੇ ਸੇਮ ਵਾਲੇ ਇਲਾਕੇ ਕਾਂਚਲੀ ਅਤੇ ਪਵਿੱਤਰ ਕਾਲੀ ਵੇਈ ਨੂੰ ਜੰਗਲੀ ਜੀਵਾਂ ਦੀ ਸੰਭਾਲ ਲਈ ਰੱਖ ਵਜੋਂ ਐਲਾਨਣ ਲਈ ਪ੍ਰਵਾਨਗੀ ਦੇ ਦਿੱਤੀ ਹੈ। ਕੈਪਟਨ ਸਰਕਾਰ ਵੱਲੋਂ ਇਸ ਖੇਤਰ ਨੂੰ ਰੱਖ
ਐਲਾਨਣ ਦੇ ਨਾਲ ਇਸ ਖਿੱਤੇ ਵਿੱਚ ਵਾਤਾਵਰਣ ਦੀ ਸੰਭਾਲਣ ਨੂੰ ਬਣਾਈ ਰੱਖਣ ਲਈ ਇੱਕ ਯੋਗਦਾਨ ਮਿਲਣ ਦੇ ਨਾਲ ਨਾਲ ਨਦੀ ਦੀ ਸਫਾਈ ਵੀ ਹੋਵੇਗੀ ਅਤੇ ਸਮੇਂ ਦੇ ਬੀਤਣ ਨਾਲ ਦੂਸ਼ਿਤ ਹੋ ਗਈ ਹੈ। ਇਸੇ ਤਰ੍ਹਾਂ ਬਿਆਸ ਦਰਿਆ ਵਿੱਚ ਹੋਰ ਘੜਿਆਲ ਛੱਡੇ ਜਾਣ ਦੀ ਵੀ ਪ੍ਰਵਾਨਗੀ ਦੇ ਦਿੱਤੀ ਗਈ ਹੈ ਜੋ ਉਹਨਾਂ ਦੁਰਲੱਭ ਜਾਤੀਆਂ ਦੀ ਸੰਭਾਲ ਨੂੰ ਯਕੀਨੀ ਬਣਾਇਆ ਜਾ ਸਕੇ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਬਿਆਸ ਦਰਿਆ ਵਿੱਚ ਇੱਕ ਖੰਡ ਮਿਲ ਦਾ ਸੀਰਾ ਛੱਡੇ ਜਾਣ ਕਾਰਨ ਵੱਡੀ ਗਿਣਤੀ ਵਿੱਚ ਜਲ ਜੀਵਾਂ ਦੀ ਮੌਤ ਹੋ ਗਈ ਸੀ। ਇਹਨਾਂ ਵਿੱਚ ਲੁਪਤ ਹੋਣ ਵਾਲੀ ਪ੍ਰਜਾਤੀ ਦਰਿਆਈ ਡੋਲਫਿਨ ਵੀ ਸ਼ਾਮਿਲ ਹੈ। ਕੈਪਟਨ ਸਰਕਾਰ ਨੇ ਡੋਲਫਿਨ ਨੂੰ ਸੂਬਾਈ ਜੀਵ ਐਲਾਨ ਦੇ ਨਾਲ ਹੀ ਇਸ ਪ੍ਰਜਾਤੀ ਨੂੰ ਸੰਭਾਲਣ ਦਾ ਸੁਨੇਹਾ ਦਿੱਤਾ ਹੈ। ਮੀਂਹ ਪੈਣ ਨਾਲ ਕਿਸਾਨਾਂ ਨੂੰ ਵੱਡੀ ਰਾਹਤ ਮਿਲੀ। ਪਹਾੜਾਂ ਵਿੱਚ ਜਿੱਥੇ ਲਗਾਤਾਰ ਬਰਫ਼ ਪੈ ਰਹੀ ਸੀ ਉੱਥੇ ਮੈਦਾਨੀ ਇਲਾਕਿਆਂ ਵਿੱਚ ਵੀ ਬੀਤੇ ਦਿਨੀ ਲਗਾਤਾਰ ਹਲਕਾ ਮੀਂਹ ਪਿਆ। ਇਸ ਦੇ ਚੱਲਦਿਆਂ ਕਿਸਾਨਾਂ ਦੇ ਚਿਹਰੇ ਖਿੜੇ ਹੋਏ ਹਨ। ਪੰਜਾਬ ਦੇ ਕਈ ਇਲਾਕਿਆਂ ਵਿੱਚ ਲਗਾਤਾਰ ਹੋਈ ਹਲਕੀ ਬਾਰਿਸ਼ ਨਾਲ ਫਸਲਾਂ ਨੂੰ ਕਾਫ਼ੀ ਫਾਇਦਾ ਹੋ ਰਿਹਾ ਹੈ। ਕੁਝ ਦਿਨਾਂ ਤੋਂ ਕੋਹਰਾ ਪੈ ਰਿਹਾ ਸੀ ਜਿਸ ਕਾਰਨ ਪਸ਼ੂਆਂ ਦੇ ਚਾਰੇ ਅਤੇ ਸਰ੍ਹੋਂ ਦੀ ਫਸਲ ਨੂੰ ਨੁਕਸਾਨ ਹੋ ਰਿਹਾ ਸੀ, ਪਰ ਮੀਂਹ ਨਾਲ ਕਿਸਾਨਾਂ ਨੂੰ ਕਾਫ਼ੀ ਰਾਹਤ ਮਿਲੀ ਹੈ। ਕਿਸਾਨਾਂ ਮੁਤਾਬਕ ਮੀਂਹ ਪੈਣ ਨਾਲ ਸਰ੍ਹੋਂ ਦੀ ਫਸਲ ਉੱਤੇ ਤੇਲੇ ਦੀ ਮਾਰ ਦਾ ਅਸਰ ਵੀ ਖਤਮ ਹੋਵੇਗਾ ਅਤੇ ਕਣਕ ਦੀ ਫਸਲ ਦੀ ਝਾੜ ਵੀ ਵਧੀਆ ਹੋਵੇਗੀ। ਉਹਨਾਂ ਦੱਸਿਆ ਕਿ ਮੀਂਹ ਕਾਰਨ ਠੰਡ ਜ਼ਰੂਰ ਵਧੀ ਹੈ ਪਰ ਕਿਸਾਨ ਖੁਸ਼ ਹਨ। ਸੋ ਇਹ ਸੀ ਪੰਜਾਬ ਇਸ ਹਫ਼ਤੇ ਦਾ ਹਾਲ। ਅਗਲੀ ਵਾਰ ਆਵਾਂਗੇ ਨਵੀਆਂ ਖ਼ਬਰਾਂ ਅਤੇ ਟਿੱਪਣੀਆਂ ਦੇ ਨਾਲ। ਤੁਸੀਂ ਬਣੇ ਰਹੋ ਅਜੀਤ ਵੈੱਬ ਟੀ ਵੀ ਦੇ ਨਾਲ ਅਤੇ ਹੁਣ ਮੈਨੂੰ ਇੰਦਰਪ੍ਰੀਤ ਕੌਰ ਪੰਨੂ ਨੂੰ ਦਿਓ ਇਜਾਜ਼ਤ।